ਜਿਹੜਾ ਤੁਸੀਂ ਚਾਂਸਲਰ ਵਾਲਾ ਕਿਹਾ, ਮਮਤਾ ਬੈਨਰਜੀ ਨੇ ਵੀ ਬੰਗਾਲ ਦੇ ਵਿੱਚ, ਕੇਰਲਾ ਦੇ ਵਿੱਚ ਵੀ ਇਹ ਲਿਆਂਦਾ ਸੀ ਬਿੱਲ ਕਿ ਜਿਹੜਾ ਚਾਂਸਲਰ ਹੈ ਉਹ ਚੁਣਿਆ ਹੋਇਆ ਮੁੱਖ ਮੰਤਰੀ ਹੋਣਾ ਚਾਹੀਦਾ, ਅਤੇ ਉਹ ਰਾਸ਼ਟਰਪਤੀ ਨੇ ਉਹਨਾਂ ਦਾ ਜਿਹੜਾ ਬਿੱਲ ਸੀਗਾ ਉਹ ਵਾਪਸ ਕਰਤਾ। ਅਸਲ 'ਚ ਕੀ ਹੈ, ਅਸੀਂ ਚਾਹੁੰਦੇ ਹਾਂ ਕਿ ਡੈਮੋਕ੍ਰੇਸੀ ਜਿਹੜੀ ਹੈ ਉਹ ਸਿਲੈਕਟਡ ਦੀ ਨਹੀਂ ਹੋਵੇ, ਉਹ ਇਲੈਕਟਡ ਦੀ ਹੋਵੇ। ਅਸੀਂ ਪੰਜਾਬੀ ਯੂਨੀਵਰਸਿਟੀ ਦਾ PC ਲਾਉਣਾ ਹੈ ਤਾਂ ਸਾਨੂੰ 3 ਨਾਮ ਦੇਣੇ ਪੈਣਗੇ, ਹੁਣ ਗਵਰਨਰ ਸਾਹਿਬ ਨੂੰ ਦੇਣੇ ਪੈਣਗੇ ਉਹ, ਅਤੇ ਉਹ 3 'ਚੋਂ 1 ਚੁਣਨਗੇ ਆਪਦੀ ਮਰਜ਼ੀ ਦਾ। ਫਿਰ ਚੁਣਿਆ ਕੀ ਨੇ, ਫਿਰ ਇਲੈਕਟਡ ਨੇ ਜਾਂ ਸਿਲੈਕਟਡ ਨੇ? ਕਲਚਰ ਵੀ ਪਤਾ ਹੋਣਾ ਚਾਹੀਦਾ, ਪੰਜਾਬੀ ਯੂਨੀਵਰਸਿਟੀ ਦਾ ਕਲਚਰ ਕੀ ਹੈ, PAU ਦਾ ਕਲਚਰ ਕੀ ਹੈ, ਬਾਕੀ ਯੂਨੀਵਰਸਿਟੀਆਂ ਦਾ। ਸੋ ਅਸੀਂ ਲਿਆਂਦਾ ਸੀਗਾ ਬਿੱਲ ਵਿਧਾਨ ਸਭਾ 'ਚ, ਅਤੇ ਅਸੀਂ ਤਾਂ SGPC ਵਾਲਾ ਵੀ ਲੈ ਕੇ ਆਉਂਦਾ ਸੀ ਬਿੱਲ, ਉਹ ਵੀ ਉੱਥੇ ਭੇਜਤਾ। ਸੋ ਇਹਦਾ ਮਤਲਬ ਇਹ ਹੁੰਦਾ ਕਿ ਗਵਰਨਰ ਸਾਹਿਬ ਨੇ ਜਿਹੜੇ ਬਿੱਲ ਪਾਸ ਨਹੀਂ ਕਰਨੇ ਹੁੰਦੇ ਉਹਨਾਂ ਨੂੰ ਫਿਰ ਉਹ ਰਾਸ਼ਟਰਪਤੀ ਕੋਲ ਭੇਜ ਦਿੰਦਾ, ਰਾਸ਼ਟਰਪਤੀ 4-5 ਮਹੀਨੇ ਬਾਅਦ ਵਾਪਸ ਭੇਜ ਦਿੰਦਾ। ਇਹ ਆਪਣੀ ਡੈਮੋਕ੍ਰੇਸੀ ਹੈ ਜੀ। ਕਰਦੇ ਹਾਂ ਮੀਟਿੰਗ, ਕਰਦੇ ਹਾਂ, ਕਰਾਂਗੇ।